ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਹਰ ਥਰਸਡੇ ਨੂੰ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਓਮਨੀ ਮੋਰਗੇਜ ਐਡਵਾਈਸ ਦੇ ਤਹਿਤ ਹਮੇਸ਼ਾ ਆਉਂਦੇ ਹਾਂ ਔਰ ਆਪਣੇ ਦਰਸ਼ਕਾਂ ਨੂੰ ਇਹੀ ਜਾਣਕਾਰੀ ਦਿੰਦੇ ਹਾਂ ਕਿ ਆਖਿਰਕਾਰ ਮੋਰਗੇਜ ਔਰ ਰੀਅਲ ਅਸਟੇਟ ਬਿਜ਼ਨਸ ਦੇ ਵਿੱਚ ਚੱਲ ਕੀ ਰਿਹਾ ਪਰ ਅੱਜ ਇੱਕ ਦੁੱਖ ਦੀ ਘੜੀ ਸਾਡੀ ਕਮਿਊਨਿਟੀ ਲਈ ਆਈ ਹੋਈ ਹੈ ਔਰ ਜਦ ਅਸੀਂ ਦੁੱਖ ਦੀ ਘੜੀ ਦੀ ਗੱਲ ਕਰਦੇ ਹਾਂ ਉਹ ਭਾਰਤ ਦੇ ਵਿੱਚ ਇਸ ਟਾਈਮ ਇੰਡੀਆ ਦੇ ਵਿੱਚ ਨਿਊ ਦਿੱਲੀ ਦੇ ਵਿੱਚ ਔਰ ਵੱਖ ਵੱਖ ਸਟੇਟਾਂ ਦੇ ਵਿੱਚ ਬਣੀ ਹੋਈ ਹੈ ਕਿਵੇਂ ਓਮਨੀ ਮੋਰਗੇਜ ਅਤੇ ਇੱਕ ਹੋਰ ਅਜਿਹੀ ਆਰਗਨਾਈਜੇਸ਼ਨ ਹੈ ਜੋ ਕਿ ਇਸ ਗੱਲ ਨੂੰ ਧਿਆਨ ਚ ਰੱਖ ਰਹੀ ਹੈ ਔਰ ਉੱਥੇ ਲੋੜਵੰਦਾਂ ਦੀ ਮਦਦ ਕਰ ਰਹੀ ਹੈ ਜਿਸ ਆਰਗਨਾਈਜੇਸ਼ਨ ਦੀ ਮੈਂ ਗੱਲ ਕਰ ਰਿਹਾ ਜੀ ਉਹ ਹੈ ਪੰਜਾਬੀ ਚੈਂਬਰ ਆਫ ਕਾਮਰਸ ਔਰ ਹਰਮਨ ਸਿੰਘ ਉਹਨਾਂ ਦੇ ਨਾਲ ਰਲ ਕੇ ਪੰਜਾਬੀ ਚੈਂਬਰ ਆਫ ਕਾਮਰਸ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਉੱਥੇ ਲੋੜਵੰਦਾਂ ਨੂੰ ਮਦਦ ਦੇਣ ਲਈ ਔਰ ਦਿੱਲੀ ਦੇ ਵਿੱਚ ਆਈ ਹੋਈ ਤਰਾਜ਼ਦੀ ਦੇ ਉੱਤੇ ਜਿਹੜੇ ਆਕਸੀਜਨ ਸਿਲੰਡਰ ਦੀ ਅਸੀਂ ਗੱਲ ਕਰੀਏ ਜਾਂ ਫਿਰ ਆਕਸੀਜਨ ਮਸ਼ੀਨਾਂ ਦੀ ਗੱਲ ਕਰੀਏ ਉਹ ਲਗਾਤਾਰ ਉੱਥੇ ਭੇਜੀਆਂ ਜਾ ਰਹੀਆਂ ਹਨ ਮੇਰੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਮੌਜੂਦ ਹਨ ਹਰਮਨ ਸਿੰਘ ਤੇ ਨਾਲ ਹੀ ਮੌਜੂਦ ਹਨ ਗੈਰੀ ਪਸਰੀਚਾ ਜਿਹਨਾਂ ਨੂੰ ਗੁਰਪ੍ਰੀਤ ਪਸਰੀਚਾ ਵੀ ਕਿਹਾ ਜਾਂਦਾ ਜੋ ਕਿ ਸੀਈਓ ਨੇ ਔਰ ਫਾਊਂਡਰ ਨੇ ਪੰਜਾਬੀ ਚੈਂਬਰ ਆਫ ਕਾਮਰਸ ਦੇ ਔਰ ਪੇਸ਼ੇ ਤੋਂ ਅਟਰਨੀ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਗੁਰਪ੍ਰੀਤ ਪਸਰੀਚਾ ਹਰਮਨ ਸਿੰਘ ਜੀ ਦਾ ਇਸ ਮੰਚ ਦੇ ਉੱਤੇ ਐਂਡ ਵੈਲਕਮ ਬੋਥ ਆਫ ਯੂ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਗੁਰਪ੍ਰੀਤ ਪਸਰੀਚਾ ਜੀ ਦੇ ਕੋਲ ਜਾਣਾ ਚਾਹਾਂਗਾ ਗੁਰਪ੍ਰੀਤ ਜੀ ਬਹੁਤ ਔਖੀ ਜਿਹੜੀ ਘੜੀ ਹੈ ਇਸ ਟਾਈਮ ਸਾਡੀ ਕਮਿਊਨਿਟੀ ਲਈ ਆਈ ਹੋਈ ਹੈ ਇੰਡੀਆ ਵਿਖੇ ਪੰਜਾਬੀ ਚੈਂਬਰ ਆਫ ਕਾਮਰਸ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਬਕਾਇਦਾ ਤੁਸੀਂ ਪੰਜਾਬੀ ਚੈਂਬਰ ਆਫ ਕਾਮਰਸ ਮੈਨੂੰ ਯਾਦ ਆ ਜਦ ਤੁਸੀਂ ਪਹਿਲੀ ਵਾਰ ਮੇਰੇ ਨਾਲ ਇੰਟਰਵਿਊ ਕੀਤਾ ਸੀ ਤੁਸੀਂ ਮੈਨੂੰ ਇਹੀ ਕਿਹਾ ਸੀ ਕਿ ਹਰਕੀਰਤ ਅਸੀਂ ਇਸ ਆਰਗਨਾਈਜੇਸ਼ਨ ਨੂੰ ਇਸ ਲੈਵਲ ਤੱਕ ਕੰਮ ਕਰਨਾ ਚਾਹੁੰਦੇ ਹਾਂ ਜਿੱਥੇ ਕਿਤੇ ਵੀ ਵਰਲਡ ਦੇ ਵਿੱਚ ਕਿਸੇ ਨੂੰ ਵੀ ਜੋਬ ਜਾਂ ਫਿਰ ਕਿਸੇ ਦੇ ਉੱਤੇ ਕੋਈ ਵੀ ਮੁਸ਼ਕਿਲ ਆਈ ਹੈ ਅਸੀਂ ਉਹਦੀ ਮਦਦ ਕਰਾਂਗੇ ਅੱਜ ਤੁਸੀਂ ਉਹ ਸੁਨੇਹਾ ਤੁਸੀਂ ਉਹ ਕੰਮ ਵਾਕਈ ਜ਼ਮੀਨੀ ਪੱਧਰ ਤੇ ਕਰਕੇ ਦਿਖਾ ਰਹੇ ਹੋ ਦੇਖੋ ਜੀ ਅਸੀਂ ਸਾਰੇ ਇਕੱਠੇ ਕਰਦੇ ਪਏ ਹਾਂ ਪਹਿਲੀ ਗੱਲ ਹੈ ਹੁਣ ਹਰਮਨ ਭਾਅ ਜੀ ਵੀ ਸਾਡੇ ਨਾਲ ਹੀ ਹੈ ਆ ਸਾਡੇ ਟਰੱਸਟੀ ਹੈਗੇ ਸਾਡੇ ਚੈਂਬਰ 'ਚ ਰਾਈਟ ਅਸੀਂ ਸਾਰੇ ਇਕੱਠੇ ਮਿਲ ਕੇ ਕਹਿੰਦੇ ਦੁਨੀਆ 'ਚ ਸਾਨੂੰ ਡੋਨੇਸ਼ਨਸ ਆ ਰਹੀਆਂ ਪਰ ਅਸੀਂ ਪਹਿਲਾਂ ਦੇਖਿਆ ਸੀ ਕਿ ਦਿੱਲੀ 'ਚ ਇੰਨਾ ਬੁਰਾ ਹਾਲ ਸੀ ਅਸੀਂ ਕਿਹਾ ਯਾਰ ਆਪਾਂ ਇੱਥੇ ਤਾਂ ਅਸੀਂ ਬੈਠ ਨਹੀਂ ਸਕਦੇ ਸਾਡੀ ਦੁਨੀਆ ਸਾਰੀ ਕਹਿ ਦਿਓ ਕਿਆਮਤ 'ਚ ਹੋ ਗਈ ਪ੍ਰੋਬਲਮ ਆ ਗਈ ਸਾਰਿਆਂ ਨੂੰ ਫਿਰ ਅਸੀਂ ਇਕੱਠੇ ਮਿਲ ਕੇ ਦੂਸਰੇ ਗਰੁੱਪਾਂ ਦੇ ਨਾਲ ਕਿ ਅਸੀਂ ਮਿਲ ਕੇ ਅਸੀਂ ਲੈਂਦੇ ਹਾਂ ਜਿਹੜੇ ਆਕਸੀਜਨ ਕਾਨਸਨਟ੍ਰੇਟਰਸ ਹੈਗੇ ਆ ਕਿ ਸਾਨੂੰ ਤਾਂ ਪਤਾ ਵੀ ਨਹੀਂ ਸੀ ਕਿੱਥੋਂ ਲੈਣੇ ਆ ਐਂਡ ਸੋ ਸਾਡੇ ਕਮਿਊਨਿਟੀ ਦੇ ਬੰਦੇ ਲੀਡਰਸ ਫਿਰ ਅਸੀਂ ਹਰ ਆਪਸ 'ਚ ਅਸੀਂ ਸਾਰੇ ਇਕੱਠੇ ਮਿਲ ਕੇ ਲਏ ਅਸੀਂ ਰਾਈਟ ਐਂਡ ਜਿਹੜੀ ਗੱਲ ਅਸਲੀ ਹੈ ਨਾ ਕਿ ਹੁਣ ਆਪਾਂ ਇੱਕ ਬੰਦਾ ਕਿੰਨਾ ਕਰ ਸਕਦਾ ਅਤੇ ਤੁਸੀਂ ਦੇਖੋ ਰਾਈਟ ਐਂਡ ਸੋ ਅਸੀਂ ਕਹਿ ਰਹੇ ਹਾਂ ਕਿ ਆਪਾਂ ਸਾਰੇ ਇਕੱਠੇ ਮਿਲ ਕੇ ਜਿੰਨਾ ਆਪਾਂ ਦੇ ਸਕਦੇ ਹਾਂ ਰਾਈਟ ਆਪਾਂ ਦੇਈਏ ਫਿਰ ਆਪਾਂ ਮਿਲਾ ਕੇ ਆਪਾਂ ਸਹੀ ਤਰੀਕੇ ਨਾਲ ਉਹਨੂੰ ਇਸਤੇਮਾਲ ਕਰੀਏ ਰਾਈਟ ਸੋ ਦੈਟਸ ਵਾਟ ਵੀ ਬੀਨ ਡੂਇੰਗ ਬਿਲਕੁਲ ਟੁਡੇ ਵੀ ਆਰ ਡੈਡੀਕੇਟਿੰਗ ਦਿਸ ਪ੍ਰੋਗਰਾਮ ਟੂ ਐਵਰੀਵਨ ਹੂ ਇਜ਼ ਸਫਰਿੰਗ ਫਰੋਮ ਕੋਵਿਡ ਇਨ ਇੰਡੀਆ ਸਪੈਸ਼ਲੀ ਇਨ ਨਿਊ ਦਿੱਲੀ ਤੇ ਅੱਜ ਦਾ ਪੂਰਾ ਪ੍ਰੋਗਰਾਮ ਜਿਹੜਾ ਉਹਨਾਂ ਨੂੰ ਸਮਰਪਿਤ ਹੋਏਗਾ ਔਰ ਜੋ ਸਦੀਵੀ ਵਿਛੋੜਾ ਸਾਡੇ ਨਾਲ ਕਰ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਜਿਹੜੇ ਨੇ ਉਹ ਵੀ ਭੇਟ ਕੀਤੇ ਜਾਣਗੇ ਜਿਹੜੀ ਕਈ ਸਾਰੀਆਂ ਸ਼ਖਸੀਅਤਾਂ ਦਿੱਲੀ ਵਿਖੇ ਜਾਂ ਫਿਰ ਵੱਖ ਵੱਖ ਸਟੇਟਾਂ ਵਿਖੇ ਇੰਡੀਆ ਦੇ ਵਿੱਚ ਨਹੀਂ ਸਾਡੇ ਵਿੱਚ ਰਹੀਆਂ ਜੋ ਸਾਨੂੰ ਰਿਪੋਰਟਸ ਉੱਥੋਂ ਆ ਰਹੀਆਂ ਹਨ ਅੱਜ ਹਰਮਨ ਸਿੰਘ ਜੀ ਇਹ ਸ਼ੋਅ ਉਹਨਾਂ ਨੂੰ ਡੈਡੀਕੇਟ ਕਰਨਾ ਚਾਹੁੰਦੇ ਹਨ ਇਨ ਐਸੋਸੀਏਸ਼ਨ ਵਿਦ ਪੰਜਾਬੀ ਚੈਂਬਰ ਆਫ ਕਾਮਰਸ ਗੁਰਪ੍ਰੀਤ ਪਸੀਜਾ ਜੀ ਹੋਰਾਂ ਦੇ ਨਾਲ ਹਰਮਨ ਜੀ ਕੀ ਕਹਿਣਾ ਚਾਹੋਗੇ ਮੇਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਂਸ ਅਗੇਨ ਅਸੀਂ ਇਹ ਪ੍ਰੋਗਰਾਮ ਅੱਜ ਅਸੀਂ ਡਿਸਾਈਡ ਕੀਤਾ ਹੈ ਕਿ ਅਸੀਂ ਹਰ ਵੇਲੇ ਆਪਣਾ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਐਜੂਕੇਸ਼ਨ ਲੈ ਕੇ ਆਉਂਦੇ ਹਾਂ ਮੋਰਗੇਜ ਦੀ ਮਗਰ ਜੋ ਸਾਡਾ ਅੱਜ ਕੱਲ੍ਹ ਟਾਈਮ ਚੱਲ ਰਿਹਾ ਸਾਡੀ ਕਮਿਊਨਿਟੀ ਵਾਸਤੇ ਸਾਡੇ ਆਪਣੀ ਕਮਿਊਨਿਟੀ ਮੈਂਬਰਸ ਵਾਸਤੇ ਲੋਕਾਂ ਵਾਸਤੇ ਇੰਡੀਆ ਵਾਸਤੇ ਦਿੱਲੀ ਵਾਸਤੇ ਉਹ ਇੱਕ ਬਹੁਤ ਹੀ ਸੋਂਬਰ ਟਾਈਮ ਚੱਲ ਰਿਹਾ ਤੇ ਅਸੀਂ ਪੰਜਾਬੀ ਚੈਂਬਰ ਦਾ ਅਸੀਂ ਇੱਕ ਜਿਹੜੀ ਐਸੋਸੀਏਸ਼ਨ ਬਣਾਈ ਹੋਈ ਹੈ ਕਿ ਸਾਡਾ ਅਲਟੀਮੇਟਿਵ ਓਬਜੈਕਟਿਵ ਹੁੰਦਾ ਕਿ ਅਸੀਂ ਲੋਕਾਂ ਦੀ ਹੈਲਪ ਕਰ ਸਕੀਏ ਤੇ ਯੰਗਰ ਜਨਰੇਸ਼ਨ ਨੂੰ ਮੈਂਟਰ ਕਰ ਸਕੀਏ ਤੇ ਅੱਜ ਸਾਨੂੰ ਮੌਕਾ ਮਿਲਿਆ ਅਸੀਂ ਇਸ ਸੇਵਾ ਕਰਨ ਦਾ ਜੋ ਅਸੀਂ ਸੇਵਾ ਮਿਲ ਕੇ ਪੰਜਾਬੀ ਚੈਂਬਰ ਤੇ ਮੈਂ ਤੇ ਆਪਣੇ ਗੈਰਿਕ ਜੀ ਤੇ ਸਾਡੇ ਬਾਕੀ ਟਰੱਸਟੀ ਸਾਰੇ ਮਿਲ ਕੇ ਅਸੀਂ ਐਫਰਟ ਕਰ ਰਹੇ ਹਾਂ ਅਸੀਂ ਜਿੰਨਾ ਮੈਕਸੀਮਮ ਹੁੰਦਾ ਅਸੀਂ ਫੰਡ ਰੇਜ਼ ਕਰ ਰਹੇ ਹਾਂ ਜਿੰਨਾ ਸਾਡਾ ਦੂਰ ਬੈਠ ਕੇ ਇੰਨੀ ਦੂਰ ਬੈਠ ਕੇ ਅਸੀਂ ਜੋ ਕਰ ਸਕਦੇ ਹਾਂ ਦਿੱਲੀ ਵਾਸਤੇ ਦਿੱਲੀ ਦੇ ਲੋਕਾਂ ਵਾਸਤੇ ਜੋ ਅਸੀਂ ਕਰ ਰਹੇ ਹਾਂ ਤੁਹਾਡੇ ਸਾਡੇ ਲੋਕ ਸਾਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਸਾਡਾ ਇੱਕ ਹੈਲਪ ਬਣੋ ਕਿ ਅਸੀਂ ਮਿਲ ਜੁਲ ਕੇ ਅਸੀਂ ਔਖਾ ਟਾਈਮ ਰਾਵੇ ਦਿੱਲੀ ਵਾਲਿਆਂ ਵਾਸਤੇ ਇੰਡੀਆ ਵਾਲਿਆਂ ਵਾਸਤੇ ਇਸ ਟਾਈਮ ਨੂੰ ਅਸੀਂ ਕੱਢੀਏ ਕਿਉਂਕਿ ਬਹੁਤ ਸਿਸਟਮ ਕੰਮ ਖਰਾਬ ਹੈ ਮੇਰੇ ਵੀ ਕਾਫੀ ਫਰੈਂਡਸ ਫੈਮਿਲੀਆਂ ਵਿੱਚ ਕਾਫੀ ਲੋਕ ਚਲੇ ਗਏ ਨੇ
ਦੁੱਖ ਹੁੰਦਾ ਸੁਣ ਕੇ ਐਵਰੀ ਡੇ ਜਦੋਂ ਵਟਸਐਪ ਤੇ ਮੈਸੇਜ ਆਉਂਦਾ ਅੱਜ ਇਹ ਹੋ ਗਿਆ ਅੱਜ ਇਹ ਚਲਾ ਗਿਆ ਤੇ ਇੱਕ ਛੋਟੀ ਜਿਹੀ ਜਿਹੜੀ ਇੰਡੀਆ ਇੰਨੀ ਸਮਾਰਟ ਕੰਟਰੀ ਆ ਉਸ ਕੰਟਰੀ ਵਿੱਚ ਇੱਕ ਛੋਟੀ ਜਿਹੀ ਅਣਗਹਿਲੀ ਦੇ ਨਾਲ ਇੱਕ ਆਕਸੀਜਨ ਨਹੀਂ ਮਿਲੇ ਉਹਦੀ ਕਿ ਜਿਹੜੀ ਛੋਟੀ ਚੀਜ਼ ਹੁੰਦੀ ਆਕਸੀਜਨ ਤੇ ਉਹ ਨਾ ਪਹੁੰਚੇ ਲੋਕਾਂ ਤੱਕ ਤੇ ਲੋਕ ਆਪਣੀ ਜਾਨ ਦੇ ਦੇਣ ਬਹੁਤ ਹੀ ਇੱਕ ਦਿਲ ਦੁੱਖਦਾ ਵੇ ਤੇ ਇਸ ਕਰਕੇ ਜਿੰਨਾ ਕਿ ਅਸੀਂ ਕਰ ਸਕਦੇ ਹਾਂ ਸਾਡੀ ਐਸੋਸੀਏਸ਼ਨ ਮੈਂ ਪਰਸਨਲੀ ਤੇ ਗੈਰੀ ਜੀ ਅਸੀਂ ਜੋ ਕਰ ਸਕਦੇ ਹਾਂ ਅਸੀਂ ਕਰਨਾ ਚਾਹੁੰਦੇ ਹਾਂ ਔਰ ਅਸੀਂ ਤੁਹਾਡੀ ਹੈਲਪ ਵੀ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਹੈਲਪ ਕਰੋ ਕਿ ਅਸੀਂ ਹੈਲਪ ਦੇ ਨਾਲ ਜ਼ਿਆਦਾ ਕਰ ਸਕੀਏ ਤੇ ਇਹ ਇੰਨਾ ਕਹਾਂਗੇ ਬਾਕੀ ਫਰਦਰ ਅਸੀਂ ਗੈਰੀ ਜੀ ਬੋਲਣਗੇ ਤੁਹਾਨੂੰ ਥੋੜ੍ਹਾ ਡਿਟੇਲ ਦੱਸਾਂਗੇ ਕਿ ਹੁਣ ਤੱਕ ਅਸੀਂ ਕੀ ਕਰ ਚੁੱਕੇ ਹਾਂ ਤੇ ਫਰਦਰ ਅਸੀਂ ਕੀ ਪਲਾਨ ਕਰਾਂਗੇ ਗੈਰੀ ਜੀ ਦੱਸੋ ਕਿ ਆਪਣਾ ਅਸੀਂ ਹੁਣ ਤੱਕ ਅਸੀਂ ਕੀ ਕੀਤਾ ਕਿ ਅਸੀਂ ਕੀਤੇ ਨੇ ਤੇ ਸਾਨੂੰ ਕਿਸ ਟਾਈਪ ਦੀ ਹੈਲਪ ਚਾਹੀਦੀ ਜੋ ਅਸੀਂ ਅਪੀਲ ਕਰ ਸਕੀਏ ਆਪਣੇ ਆਪਣੇ ਜਿਹੜੇ ਵਿਊਅਰਸ ਨੂੰ ਕਿ ਵੀ ਸਾਨੂੰ ਸਾਰਿਆਂ ਨੂੰ ਮਿਲ ਕੇ ਕਰੋ ਜੋ ਕਰ ਸਕਦੇ ਹੋ ਤੇ ਇੱਕ ਸਾਂਝਾ ਐਫਰਟ ਹੈਗਾ ਵੇ ਇਹ ਸਾਡਾ ਵਨ ਮੈਨ ਸ਼ੋਅ ਨਹੀਂ ਹੈ ਕਿਉਂਕਿ ਬੜਾ ਵੱਡਾ ਐਫਰਟ ਹੈ ਔਰ ਸਾਰਾ ਐਫਰਟ ਮਿਲ ਕੇ ਹੀ ਹੋਏਗਾ ਕਿਉਂਕਿ ਇੱਕ ਇੱਕ ਬੂੰਦ ਭਰ ਕੇ ਬਾਲਟੀ ਭਰਦੀ ਹੈ ਸਮੁੰਦਰ ਭਰਦਾ ਹੈ ਬਣਦਾ ਹੈ ਤਾਂ ਉਹ ਸਾਵੇ ਕਿ ਅਸੀਂ ਸਾਰਿਆਂ ਨੇ ਹੈਲਪ ਕਰਨੀ ਹੈ ਤੇ ਇੱਕ ਅੱਜ ਮੌਕਾ ਵੀ ਸਾਨੂੰ ਹੈਲਪ ਕਰਨ ਦਾ ਆਪਣੀ ਕੰਟਰੀ ਵਾਸਤੇ ਆਪਣੇ ਲੋਕਾਂ ਵਾਸਤੇ ਬਹੁਤ ਜ਼ਰੂਰੀ ਹੈ ਗੈਰੀ ਜੀ ਜਸਟ ਦੱਸੋ ਸਾਨੂੰ ਕਿ ਤੁਸੀਂ ਥੈਂਕ ਯੂ ਹਰਮਨ ਭਾਜੀ ਏਦਾਂ ਹੈਗਾ ਕਿ ਜਿਹੜੀ ਪਹਿਲੀ ਸ਼ਿਪਮੈਂਟ ਗਈ ਸੀ ਬੰਗਲਾ ਸਾਹਿਬ ਹਸਪੀਟਲ ਨੂੰ ਕਿ ਸਾਡਾ ਇੱਕ ਹੋਰ ਵੀ ਰੂਲ ਸੀ ਕਿ ਅਸੀਂ ਨਾ ਪ੍ਰਾਈਵੇਟ ਪਾਰਟੀਜ਼ ਨੂੰ ਨਹੀਂ ਦੇਣਾ ਐਂਡ ਜਿਹੜੇ ਲੋਕ ਸੰਗਤ ਦੀ ਸੇਵਾ ਕਰਨਗੇ ਵਿਦਆਊਟ ਪੈਸਾ ਵਿਦਆਊਟ ਰਿਲੀਜੀਅਸ ਡਿਫਰੈਂਸ ਉਹ ਸਾਡੇ ਤੋਂ ਪਹਿਲੀ ਗੱਲ ਸੀ ਐਂਡ ਤੁਹਾਨੂੰ ਪਤਾ ਹੈ ਕਿ ਜਿਹੜਾ ਸਾਡਾ ਮੰਗਲਾ ਸਾਹਿਬ ਦਾ ਹਸਪਤਾਲ ਹੈਗਾ ਉਹ ਸਾਰੀ ਦੁਨੀਆ ਦਾ ਮੰਨਿਆ ਹੋਇਆ ਐਂਡ ਉਹ ਸੇਵਾ ਕਰਦੇ ਹਾਂ ਸਾਰਿਆਂ ਦੀ ਫਰੀ ਕਰਦੇ ਹਾਂ ਰਾਈਟ ਸੋ ਐਟ ਦੀ ਐਂਡ ਆਫ ਦ ਡੇ ਫਿਰ ਅਸੀਂ ਹੁਣ ਕੀ ਸੋਚ ਰਹੇ ਹਾਂ ਕਿ ਅਸੀਂ ਕਿੱਦਾਂ ਪੰਜਾਬ ਨੂੰ ਸੇਵਾ ਕਰ ਸਕਦੇ ਹਾਂ ਰਾਈਟ ਨਾਟ ਜਸਟ ਦਿੱਲੀ ਦਿੱਲੀ ਵੀ ਸਾਡਾ ਬਹੁਤ ਬੁਰੀ ਹਾਲਤ ਹੈ ਬਟ ਦਿੱਲੀ 'ਚ ਇੱਕ ਫਾਇਦਾ ਹੈਗਾ ਕਿ ਏਅਰਪੋਰਟ ਹੈਗਾ ਉੱਥੇ ਐਂਡ ਸਾਰੀ ਦੁਨੀਆ ਦਾ ਸਪਲਾਈ ਜਾ ਰਿਹਾ ਬਟ ਹੁਣ ਜਿਹੜੇ ਦਿੱਲੀ ਵਾਲੇ ਵੀ ਲੋਕ ਹੈ ਤੁਹਾਨੂੰ ਪਤਾ ਹੋਣਾ ਉਹ ਸਾਰੇ ਪੰਜਾਬ ਜਾ ਰਹੇ ਹੈ ਹਸਪਤਾਲਾਂ 'ਚ ਕਿ ਹਸਪਤਾਲ ਤਾਂ ਹੈ ਹੀ ਨਹੀਂ ਹੁਣ ਸਾਰੇ ਭਰੇ ਪਏ ਹੈ ਦਿੱਲੀ 'ਚ ਫਿਰ ਹੁਣ ਗੱਲ ਹੈਗੀ ਹੈ ਕਿ ਪੰਜਾਬ 'ਚ ਵੀ ਪ੍ਰੋਬਲਮ ਆਉਣੀ ਹੈ ਬਹੁਤ ਖਾਸ ਪ੍ਰੋਬਲਮ ਆਉਣੀ ਹੈ ਐਂਡ ਇਹ ਤਕਰੀਬਨ ਤੁਹਾਨੂੰ ਪਤਾ ਹੈ ਕਿ ਹਫ਼ਤਾ ਦੋ ਹਫ਼ਤਾ ਲੱਗਦਾ ਹੁੰਦਾ ਪਹੁੰਚਣ ਨੂੰ ਐਂਡ ਹੁਣ ਅਸੀਂ ਕੀ ਕਰਦੇ ਪਏ ਹਾਂ ਅਸੀਂ ਲੰਡਨ ਦੇ ਨਾਲ ਹੋਰ ਵੱਡੇ ਗਰੁੱਪਾਂ ਦੇ ਨਾਲ ਅਸੀਂ ਇਕੱਠੇ ਮਿਲ ਕੇ ਵੱਡੀ ਸ਼ਿਪਮੈਂਟ ਭੇਜ ਰਹੇ ਹਾਂ ਜਿਹੜੇ ਵੱਡੇ ਆਕਸੀਜਨ ਕਾਨਸਨਟ੍ਰੇਟਰਸ ਹੈਗੇ ਹੈ ਐਂਡ ਉਹ ਅਸੀਂ ਪੰਜਾਬ ਭੇਜਣਾ ਚਾਹੁੰਦੇ ਹਾਂ ਉਹ ਸਾਡਾ ਹੁਣ ਨੈਕਸਟ ਜਿਹੜਾ ਪ੍ਰੋਜੈਕਟ ਹੈਗਾ ਅਸੀਂ ਪਹਿਲਾਂ ਤਾਂ ਬੰਗਲਾ ਸਾਹਿਬ ਭੇਜਤਾ ਸੀ ਹੁਣ ਅਸੀਂ ਪੰਜਾਬ ਭੇਜਣਾ ਚਾਹੁੰਦੇ ਹਾਂ ਫਿਰ ਸਾਰੇ ਲੋਕ ਨਾ ਥਰੂਆਊਟ ਪੰਜਾਬ ਅਸੀਂ ਸਪਲਿਟ ਕਰਾਂਗੇ ਔਰਗਨਾਈਜ਼ਡ ਵੇ ਕਰਾਂਗੇ ਕਿਤੇ ਆਪਾਂ ਸਾਰੇ ਇੱਕੋ ਜਗ੍ਹਾ ਭੇਜ ਦਿੱਤਾ ਫਿਰ ਫਾਇਦਾ ਨਹੀਂ ਹੈਗਾ ਪਹੁੰਚੇਗਾ ਨਹੀਂ ਹਰ ਜਗ੍ਹਾ 'ਤੇ ਸੋ ਅਸੀਂ ਗਵਰਨਮੈਂਟ ਦੇ ਨਾਲ ਰਾਈਟ ਪੰਜਾਬ ਗਵਰਨਮੈਂਟ ਦੇ ਨਾਲ ਐਸ ਜੀ ਪੀ ਸੀ ਜਿਹੜੇ ਸਾਰੇ ਹੈਗੇ ਹੈ ਲੋਕ ਰਾਈਟ ਉਹਨਾਂ ਨਾਲ ਸਾਰੀ ਨਾ ਪਲੈਨਿੰਗ ਕਰਨੀ ਪੈਣੀ ਹੈ ਸੋ ਉਹ ਨੈਕਸਟ ਸਾਡਾ ਹੈਗਾ ਏਜੰਡਾ ਅਸੀਂ ਗੁਰਦੁਆਰਾ ਸਾਹਿਬ ਨੂੰ ਵੀ ਕਹਿ ਰਹੇ ਹਾਂ ਅਤੇ ਤੁਸੀਂ ਕਰਦੇ ਪਏ ਹਾਂ ਸੇਵਾ ਕਰੋ ਜਿੰਨਾ ਤੁਸੀਂ ਕਰ ਸਕਦੇ ਤੁਸੀਂ ਛੋਟੇ ਆਪਣੇ ਗਰੁੱਪ ਬਣਾ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਆ ਨਹੀਂ ਕਹਿੰਦੇ ਅਸੀਂ ਸਾਡੇ ਇਕੱਲੇ ਗਰੁੱਪ ਕੋਲ ਜਾਓ ਰਾਈਟ ਤੁਸੀਂ ਸੇਵਾ ਕਰੋ ਇਹ ਨਾ ਸਾਡਾ ਪੰਥ ਦੀ ਅਸਲੀ ਗੱਲ ਹੈਗੀ ਹੈ ਰਾਈਟ ਵੀ ਮਸਟ ਹੈਲਪ ਅਦਰਸ ਜਿਹੜੇ ਗੁਰੂ ਤੇਜ ਬਹਾਦਰ ਹੈਗੇ ਆ ਉਹਨੇ ਦੇਖੋ ਕਿੰਨਾ ਕੀਤਾ ਦੂਸਰੀ ਕੌਮਾਂ ਲਈ ਰਾਈਟ ਸੋ ਵੀ ਮਸਟ ਡੂ ਦ ਸੇਮ ਹੁਣ ਸਾਡੀ ਵਾਰੀ ਆਈ ਹੈ ਬਿਲਕੁਲ ਪੰਜਾਬੀ ਚੈਂਬਰ .com ਦੇ ਉੱਤੇ ਤੁਸੀਂ ਲੌਗਇਨ ਕਰ ਸਕਦੇ ਹੋ ਜੇਕਰ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਔਰ ਤੁਸੀਂ ਵੀ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਗੁਰਪ੍ਰੀਤ ਪ੍ਰਸਰੀਚਾ ਹੋਰਾਂ ਨੇ ਜਿਹਨਾਂ ਨੇ ਆਪਣੀ ਗੱਲ ਦੱਸੀ ਕਿ ਉਹਨਾਂ ਨੇ 40 ਆਕਸੀਜਨ ਕੰਸਨਟ੍ਰੇਟਰ ਜਿਹੜੇ ਨੇ ਉਹ ਹਾਲ ਫਿਲਹਾਲ ਦੇ ਵਿੱਚ ਦਿੱਲੀ ਬੰਗਲਾ ਸਾਹਿਬ ਵਿਖੇ ਪਹੁੰਚਾਏ ਹਨ ਔਰ ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਏ ਹਨ ਜਿੱਥੇ 8ਵੀਂ ਪਾਤਸ਼ਾਹੀ ਗੁਰੂ ਹਰਕਿਸ਼ਨ ਸਾਹਿਬ ਜੀ ਦੀ ਤਰਨ ਛੋਹ ਪ੍ਰਾਪਤ ਉਹ ਗੁਰਦੁਆਰਾ ਸਾਹਿਬ ਕਿਹਾ ਵੀ ਜਾਂਦਾ ਸ਼੍ਰੀ ਹਰਕਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਤਾਂ ਇਹੀ ਗੱਲ ਇੱਥੋਂ ਵੀ ਕਹੀ ਜਾ ਰਹੀ ਕਿ ਜਿੰਨੇ ਵੀ ਦੁੱਖ ਇਸ ਟਾਈਮ ਦਿੱਲੀ ਦੇ ਵਿੱਚ ਆਏ ਹੋਏ ਨੇ ਜਾਂ ਫਿਰ ਪੰਜਾਬ ਦੀ ਧਰਤੀ ਦੇ ਉੱਤੇ ਆਏ ਹੋਏ ਨੇ ਉਹਨਾਂ ਸਾਰੇ ਦੁੱਖਾਂ ਨੂੰ ਜਿਹੜਾ ਹੈਗਾ ਉਹ ਦੂਰ ਕਰਨ ਦੀ ਕਵਾਇਦ ਪੰਜਾਬੀ ਚੈਂਬਰ ਆਫ ਕਾਮਰਸ ਐਂਡ ਓਮਨੀ ਮੋਰਗੇਜ ਹਰਮਨ ਸਿੰਘ ਹੋਰਾਂ ਦੀ ਗੱਲ ਕਰੀਏ ਤਾਂ ਉਹ ਇਹੀ ਅਪੀਲ ਕਰ ਰਹੇ ਨੇ ਜੇਕਰ ਤੁਸੀਂ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬੀ ਚੈਂਬਰ .com ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਫਿਰ ਹਰਮਨ ਸਿੰਘ ਜੀ ਹੋਰਾਂ ਨੂੰ 516-441-7000 ਤੇ ਕਾਲ ਕਰ ਸਕਦੇ ਹੋ ਤਾਂ ਕਿ ਜਿਹੜੀ ਪੰਜਾਬੀ ਚੈਂਬਰ ਆਫ ਕਾਮਰਸ ਹੈ ਔਰ ਹਰਮਨ ਸਿੰਘ ਜੀ ਦੋਨੋਂ ਰਲ ਕੇ ਇਸ ਮੁਹਿੰਮ ਨੂੰ ਤੁਹਾਡੇ ਨਾਲ ਕਰ ਸਕਣ ਤੁਸੀਂ ਵੀ ਮੋਢੇ ਨਾਲ ਮੋਢਾ ਮਿਲਾ ਕੇ ਜਿਹੜਾ ਹੈਗਾ ਬਕਾਇਦਾ ਇਸ ਮੁਹਿੰਮ ਦੀ ਹਿੱਸਾ ਬਣ ਸਕਦੇ ਹੋ ਗੁਰਪ੍ਰੀਤ ਜੀ
ਕਦ ਤੁਹਾਨੂੰ ਪਹਿਲੀ ਵਾਰ ਲੱਗਿਆ ਕਿ ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਸਾਡੇ ਲਈ ਕਿ ਉੱਥੇ 40 ਆਕਸੀਜਨ ਕੰਸਨਟ੍ਰੇਟਰ ਜਿਹੜੇ ਨੇ ਉਹ ਭੇਜੇ ਜਾਣ? ਮੈਂ ਬਕਾਇਦਾ ਤੁਹਾਡੀ ਸੋਸ਼ਲ ਮੀਡੀਆ ਦੇ ਉੱਤੇ ਪਿਕਚਰਸ ਵੀ ਵੇਖੀ, ਅਤੇ ਤੁਸੀਂ ਕਿਸ ਤਰੀਕੇ ਨਾਲ ਕਮਿਊਨਿਟੀ ਨਾਲ ਕਨੈਕਟ ਕੀਤਾ ਜਾਂ ਫਿਰ ਆਪਣੀ ਟੀਮ ਦੇ ਨਾਲ ਕਨੈਕਟ ਕੀਤਾ, ਉਹਨਾਂ ਨੇ ਤੁਹਾਡੀ ਕਿਸ ਤਰੀਕੇ ਨਾਲ ਮਦਦ ਕੀਤੀ? ਹਾਂਜੀ ਭਾਅ ਜੀ, ਸੋਰੀ ਇੱਥੇ ਨਾ ਆਵਾਜ਼ ਆ ਰਹੀ ਹੈ ਥੋੜ੍ਹੀ ਜਿਹੀ, ਬਟ ਦੈਟਸ ਓਕੇ। ਇੱਦਾਂ ਹੈਗਾ ਕਿ ਯਾਰ ਜ਼ਿਆਦਾ ਖਬਰ 'ਚ ਆ ਗਿਆ ਸੀ, ਸਾਰਿਆਂ ਨੂੰ ਫਿਕਰ ਪੈ ਗਿਆ ਸੀ, ਸਾਡੇ ਜਿਹੜੇ ਰਿਸ਼ਤੇਦਾਰ ਹੈ, ਸਾਡੇ ਜਿਹੜੇ ਫਰੈਂਡ ਹੈਗੇ ਹੈ, ਸਾਡਾ ਜਿਹੜਾ ਸਟਾਫ ਹੈਗਾ ਦਿੱਲੀ 'ਚ, ਉਹਨਾਂ ਨੂੰ ਪ੍ਰੋਬਲਮ ਆਈ ਸੀ। ਐਂਡ ਹੁਣ ਸਾਡੇ ਯਾਰ, ਮੈਂ ਕੀ ਦੱਸਾਂ, ਸਾਰੇ ਕੋਲ ਆਪਣੀ ਕਹਾਣੀਆਂ ਹੈਗੀਆਂ। ਰਾਈਟ, ਜਿਹੜਾ ਮੇਰਾ ਕਜ਼ਨ ਬ੍ਰਦਰ ਹੈਗਾ, ਉਹਦੇ 3 ਰਿਸ਼ਤੇਦਾਰ ਮਰ ਗਏ 3 ਦਿਨ 'ਚ। ਸੋ ਅਸੀਂ ਤਾਂ ਕਿਹਾ ਯਾਰ ਆਪਾਂ ਕੀ ਕਰ ਸਕਦੇ ਹਾਂ, ਸਾਨੂੰ ਆਪ ਹੀ ਨਹੀਂ ਪਤਾ ਸੀ। ਤੁਹਾਨੂੰ ਪਤਾ ਹੁਣ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ, ਸਾਰੇ ਚੋਰ ਵੀ ਬੈਠੇ ਆ, ਮੈਂ ਝੂਠ ਨਹੀਂ ਬੋਲਦਾ। ਇੰਨੇ ਮੈਨੂੰ ਅਫਸੋਸ ਹੈਗਾ ਕਿ ਸਾਡੇ ਦੇਸ਼ 'ਚ ਕੀ ਹੋ ਰਿਹਾ। ਰਾਈਟ, ਆਕਸੀਜਨ ਕੰਸਨਟ੍ਰੇਟਰ, ਕੱਲ੍ਹ ਕਿਸੇ ਨੇ ਬੰਦੇ ਨੇ ਮੈਨੂੰ ਦੱਸਿਆ ਕਿ ਉੱਥੇ ਨਾ 1,00,000 ਤੋਂ ਉੱਪਰ ਵਿਕਦੇ ਪਏ ਆ। ਉਹ ਕੰਮ ਕਰਨ ਦਾ ਨਾ ਕਰਨ ਉਹ ਹੋਰ ਗੱਲ ਹੈ। ਰਾਈਟ, ਅਸੀਂ ਕਿਹਾ ਯਾਰ ਲੈਟਸ ਡੂ ਇਟ ਦ ਰਾਈਟ ਵੇ, ਆਪਾਂ ਸਹੀ ਤਰੀਕੇ ਨਾਲ ਕਰੀਏ, ਆਪਾਂ ਜਿੰਨਾ ਆਪਾਂ ਕੁਛ ਕਰ ਸਕਦੇ ਹਾਂ, ਜਿੰਨੇ ਸਾਡੀ ਹਿੰਮਤ ਹੈ, ਜਿੰਨੀ ਗੈਸ਼ ਆਪਾਂ ਕਰੀਏ। ਰਾਈਟ, ਸੋ ਦੈਨ ਵੀ ਗਾਟ ਗੋਇੰਗ ਔਨ ਇਟ ਰਾਈਟ ਅਵੇ। ਮੈਂ ਸਟਾਫ ਨੂੰ ਪੁੱਛਿਆ, ਮੈਂ ਟਰੱਸਟੀਜ਼ ਨੂੰ ਪੁੱਛਿਆ, ਆਪਾਂ ਕਰੀਏ ਕਿ ਨਾ ਕਰੀਏ। ਕਹਿੰਦੇ ਨੇ ਆਪਾਂ ਜ਼ਰੂਰ ਕਰਨਾ। ਫਿਰ ਸਾਰੇ ਟਰੱਸਟੀਜ਼ ਹੈਗੇ ਸੀ, ਜਿਹੜੀ ਕਮਿਊਨਿਟੀ ਹੈਗੀ ਹੈ ਇੱਥੇ ਨਿਊਯਾਰਕ, ਨਿਊਜਰਸੀ, ਦੁਨੀਆ 'ਚ, ਉਹਨਾਂ ਨੇ ਬਹੁਤ ਸਪੋਰਟ ਦਿੱਤਾ ਹੈ। ਸੋ ਰਾਈਟ ਨਾਓ ਵੀ ਅਪ ਟੂ ਅਬਾਊਟ 62,000 ਵੀ ਰੇਜ਼ਡ, ਐਂਡ ਸੋ ਨਾਓ ਵੀ ਆਰ ਏਬਲ ਟੂ ਡੂ ਮੱਚ ਲਾਰਜਰ ਸ਼ਿਪਮੈਂਟ ਜਿਹੜੀ ਆਏਗੀ। ਰਾਈਟ, ਐਂਡ ਫਿਰ ਹੁਣ ਅਸੀਂ ਹੋਰ ਚੀਜ਼ਾਂ ਵੀ ਕਰ ਸਕਦੇ ਹਾਂ। ਅਸੀਂ ਹੋਰ ਜਿਹੜੇ ਗਰੁੱਪਸ ਹੈਗੇ ਹੈ ਪੰਜਾਬ 'ਚ, ਆਪਾਂ ਵੈਕਸੀਨੇਸ਼ਨ ਟਰਾਈ ਕਰ ਸਕਦੇ ਹਾਂ, ਆਪਾਂ ਹੋਰ ਚੀਜ਼ਾਂ ਵੀ ਕਰ ਸਕਦੇ ਹਾਂ ਰਾਦਰ ਦੈਨ ਜਸਟ ਆਕਸੀਜਨ। ਸੋ ਦੇਰ ਇਜ਼ ਅ ਗ੍ਰੇਟ ਚਾਂਸ ਨਾਓ ਟੂ ਮੇਕ ਅ ਡਿਫਰੈਂਸ। ਜਿਵੇਂ ਤੁਸੀਂ ਅਕਸਰ ਗੈਰੀ ਜੀ ਕਹਿੰਦੇ ਹੋਣੇ ਹੋ, ਮੈਂ ਹਰਮਨ ਜੀ ਤੋਂ ਵੀ ਇਹ ਸਵਾਲ ਲਵਾਂਗਾ। ਇਸ ਕੋਵਿਡ ਦੇ ਨਾਲ ਕਈ ਸਾਰਾ ਹੋਰ ਵੀ ਨੁਕਸਾਨ ਹੋ ਰਿਹਾ। ਆਕਸੀਜਨ ਕੰਸਨਟ੍ਰੇਟਰ ਤਾਂ ਤੁਸੀਂ ਭੇਜੇ, ਪਰ ਕਈਆਂ ਦੀ ਜੌਬ ਜਾਣੀ ਹੈ, ਕਈ ਜਿਹੜੇ ਘਰ ਨੇ ਉਹ ਉਹਨਾਂ ਨੂੰ ਹੋਰ ਤਰਾਜ਼ਦੀ ਆਉਣੀ ਹੈ। ਪੰਜਾਬੀ ਚੈਂਬਰ ਆਫ ਕਾਮਰਸ ਉਹ ਗੱਲਾਂ ਨੂੰ ਕਿਵੇਂ ਸਿਕਿਓਰ ਕਰੇਗਾ ਅਗਰ ਕਿਸੇ ਨੂੰ ਫਾਈਨੈਂਸ਼ੀਅਲ ਮਦਦ ਦੀ ਵੀ ਲੋੜ ਹੈ, ਜਾਂ ਫਿਰ ਕਿਸੇ ਦੇ ਕੋਲ ਜੌਬ ਨਹੀਂ ਹੈ ਦਿੱਲੀ ਪੰਜਾਬ ਦੇ ਵਿੱਚ, ਜਾਂ ਫਿਰ ਉਹਨਾਂ ਨੂੰ ਕੋਈ ਹੋਰ ਮਦਦ ਚਾਹੀਦੀ ਹੈ? ਹਾਊ ਯੂ ਗੋਨਾ ਹੈਲਪ ਦਮ? ਹਕੀਰ ਜੀ, ਜਿੰਨਾ ਅਸੀਂ ਕਰ ਸਕਦੇ ਹਾਂ ਅਸੀਂ ਕਰਾਂਗੇ। ਜਿਹੜਾ ਸਾਡਾ ਨੈਟਵਰਕ ਹੈਗਾ, ਜਿਹੜਾ ਪੰਜਾਬੀ ਚੈਂਬਰ .com ਤੇ ਹੈਗਾ, ਰਾਈਟ, ਉਹ ਡਾਇਰੈਕਟਰੀ ਹੈਗੀ ਹੈ ਉੱਥੇ। ਤੁਸੀਂ ਆਪਣੀ ਦੇ, ਤੁਹਾਨੂੰ ਜੌਬ ਚਾਹੀਦੀ ਹੈ, ਤੁਸੀਂ ਪੋਸਟ ਕਰ ਸਕਦੇ ਹਾਂ। ਜਿਹਦੇ ਕਿਸੇ ਨੂੰ, ਜਿਹਦੇ ਕੋਲ ਨੌਕਰੀ ਦੀ ਓਪਨਿੰਗ ਹੈਗੀ ਹੈ, ਤੁਸੀਂ ਪੋਸਟ ਕਰ ਸਕਦੇ ਹਾਂ। ਬਟ ਯਾਰ ਅਸਲੀ ਆਪਾਂ ਗੱਲ ਕਰੀਏ, ਇਹ ਸਰਕਾਰ ਦਾ ਕੰਮ ਹੈ। ਆਪਾਂ ਜਿਹੜੇ ਸਾਰੇ ਕਰਦੇ ਪਏ ਹਾਂ, ਜਿੰਨਾ ਆਪਾਂ ਕੁਛ ਕਰ ਸਕਦੇ ਹਾਂ ਆਪਾਂ ਜ਼ਰੂਰ ਕਰਾਂਗੇ। ਇਹ ਜਿਹੜੀ ਪ੍ਰੋਬਲਮ ਹੈਗੀ ਹੈ ਨਾ, ਇੱਕੋਦਮ ਸੋਲਵ ਨਹੀਂ ਹੋਣੀ। ਹੁਣ ਪੰਜਾਬ ਵਾਲੇ ਮੈਨੂੰ ਕਹਿੰਦੇ ਸੀ, ਕਹਿੰਦੇ ਤੁਸੀਂ ਆਉਂਦੇ ਹਾਂ, ਆਪਣੀ ਫੋਟੋ ਖਿਚਾ ਕੇ ਫਿਰ ਤੁਸੀਂ ਸਾਰੇ ਗਾਇਬ ਹੋ ਜਾਂਦੇ ਹੈ। ਰਾਈਟ, ਉਹਨਾਂ ਦੀ ਗੱਲ ਵੀ ਸਹੀ ਹੈ ਜੀ। ਰਾਈਟ, ਜਦ ਅਸੀਂ ਬਣਾਇਆ ਸੀ ਕਿ ਅਸੀਂ ਕਿਹਾ ਯਾਰ ਪੰਜਾਬ ਨੰਬਰ 1 ਹੋਣਾ ਚਾਹੀਦਾ ਇੰਡੀਆ 'ਚ, ਜਿੱਦਾਂ ਆਪਾਂ ਪਹਿਲਾਂ ਹੁੰਦੇ ਸੀ ਜੀ। ਰਾਈਟ, ਸੋ ਜਿਹੜੀ ਹੁਣ ਆਪਾਂ ਕਹੀ ਜਾਂਦੇ ਆਪਾਂ ਸਾਰੇ ਜੀ, ਸ਼ਾਨ ਸਾਡੀ ਵੱਖਰੀ ਹੈ, ਸਾਡੀ ਆਹ ਹੈ, ਰਾਈਟ, ਬਟ ਇਸ ਤੋਂ ਜ਼ਿਆਦਾ ਨਾ ਸਾਨੂੰ ਦਿਖਾਉਣਾ ਪੈਣਾ। ਅਸੀਂ ਗੱਲਾਂ ਨਹੀਂ ਕਰ ਸਕਦੇ, ਵੀ ਮਸਟ ਐਕਟ ਜੀ। ਸੋ ਦਿਸ ਇਜ਼ ਵੇਅਰ ਇਟ ਆਲ ਸਟਾਰਟਸ, ਵੀ ਮਸਟ ਬੀ ਅ ਨੈਟਵਰਕ। ਅਸੀਂ ਇਕੱਠੇ ਕਰੀਏ, ਸਾਰੇ ਜਿਹੜੇ ਦੁਨੀਆ ਦੇ NRI ਹੈ, ਅਸੀਂ ਕਿੱਦਾਂ ਮਿਲ ਸਕਦੇ ਹਾਂ, ਹੈਲਪ ਕਿੱਦਾਂ ਕਰ ਸਕਦੇ ਹਾਂ। ਠੀਕ ਹੈ, ਹਰਮਨ ਜੀ ਤੁਸੀਂ ਕੀ ਰੱਖਦੇ ਹੋ ਇਸ ਗੱਲ ਦੇ ਨਾਲ? ਬਿਲਕੁਲ ਜੀ, ਜਿਹੜੀ ਅਸੀਂ ਕਿ ਜੋ ਅਸੀਂ ਹੈਲਪ ਕਰਨ ਦੀ ਗੱਲ ਹੈ ਜੌਬ ਦੀ, ਇਸ ਟਾਈਮ ਸਿਚੁਏਸ਼ਨ ਜੋ ਹੈ ਕਿ ਲਾਕਡਾਊਨ ਚੱਲ ਰਿਹਾ, ਇਸ ਟਾਈਮ ਤੇ ਸਭ ਨੂੰ ਮੇਨ ਏਜੰਡਾ ਹੈ ਕਿ ਸਭ ਦੀ ਲਾਈਫ ਦਾ, ਕਿ ਆਪਣੀ ਜਾਨ ਬਚਾਓ, ਤੇ ਅਸੀਂ ਜ਼ਿਆਦਾ ਫੋਕਸ ਕਰ ਰਹੇ ਹਾਂ ਅਸੀਂ ਚੈਂਬਰ ਵਾਈਜ਼ ਕਿ ਅਸੀਂ ਇਸ ਮੂਮੈਂਟ ਨੂੰ ਜੋ ਅਸੀਂ ਕੱਢ ਸਕੀਏ। ਟਾਈਮ ਲੱਗੇਗਾ, 2 ਹਫ਼ਤੇ 3 ਹਫ਼ਤੇ ਮਹੀਨਾ, ਵਾਹਿਗੁਰੂ ਸੁੱਖ ਰੱਖੇ, ਜਿੰਨਾ ਜਲਦੀ ਟਾਈਮ ਨਿਕਲ ਜਾਵੇ ਕਿ ਔਖਾ ਟਾਈਮ ਨਿਕਲ ਜਾਵੇ ਤੇ ਲੋਕ ਬੈਕ ਟੂ ਲਾਈਫ, ਬੈਕ ਟੂ ਨਾਰਮਲ ਆਵੇ। ਇਹ ਹਾਲਾਤ ਬਹੁਤ ਖਰਾਬ ਨੇ, ਜਿਵੇਂ ਸਾਰੇ ਤੁਸੀਂ ਵੀ ਨਿਊਜ਼ ਦੇਖਦੇ ਹੋ, ਅਸੀਂ ਵੀ ਵੇਖਦੇ ਹਾਂ ਨਿਊਜ਼ ਤੇ, ਨਿਊਜ਼ ਦੇਖ ਕੇ ਦਿਲ ਬੜਾ ਹਿਲਦਾ ਹੈਗਾ ਵੇ। ਕਈ ਐਸੀ ਸੈਂਟੀਮੈਂਟਲ ਸਟੇਟਮੈਂਟਸ ਆਉਂਦੀਆਂ ਨੇ ਕਿ ਜਿਹੜੀਆਂ ਬੈਠੇ ਬੈਠੇ ਅੱਖਾਂ 'ਚ ਅਥਰੂ ਆ ਜਾਂਦੇ ਨੇ, ਤੇ ਉਹ ਬੜੀ ਸਾਨੂੰ ਇਸ ਟਾਈਮ ਜੋ ਮੂਮੈਂਟ ਜਿਹੜੀ ਹੈ ਨਾ, ਬੜੀ ਮੇਰਾ ਜੋ ਫੋਕਸ ਹੈ ਕਿ ਮੈਂ ਜੋ ਵੀ ਕਰ ਸਕਦਾ, ਮੈਂ ਆਪਣਾ ਐਵਰੀ ਡੇ ਕਾਲ ਕਰਦਾ ਵਾਂ, ਮੈਂ ਕਈ ਐਸੋਸੀਏਸ਼ਨ 'ਚ ਡੋਨੇਸ਼ਨਾਂ ਕੀਤੀਆਂ ਨੇ, ਮੈਨੂੰ ਕੋਈ ਵੀ ਡੋਨੇਸ਼ਨ ਮੰਗਦਾ ਮੈਂ ਨਾ ਨਹੀਂ ਕਰਦਾ। ਅਗਰ ਤੁਸੀਂ ਵੀ ਕਿਸੇ ਡੋਨੇਸ਼ਨ 'ਚ ਅਗਰ ਪਾਰਟੀਸਪੇਟ ਕਰ ਰਹੇ ਹੋ ਤੇ ਤੁਹਾਨੂੰ ਸਾਡੇ ਵੱਲੋਂ ਕੋਈ ਹੈਲਪ ਚਾਹੀਦੀ ਹੈ ਤਾਂ ਅਸੀਂ ਵੀ ਆਮ ਹੇਅਰ, ਗੈਰੀ ਜੀ ਹੇਅਰ, ਵੀ ਕੈਨ ਵਰਕ ਟੂਗੈਦਰ, ਅਸੀਂ ਇਕੱਠੇ ਮਿਲ ਕੇ ਅਸੀਂ ਕਿ ਐਫਰਟ ਉਹਨੂੰ ਵੱਡਾ ਕਰ ਸਕਦੇ ਹਾਂ। ਕਿਉਂਕਿ ਇਹ ਹੈ ਕਿ ਇਸ ਟਾਈਮ ਇਕੱਠੇ ਮਿਲ ਕੇ ਹੈਲਪ ਕਰਨ ਜਾਵੇ, ਇਹ ਬਹੁਤ ਵੱਡਾ ਏਜੰਡਾ ਵੇ ਕਿ ਅਸੀਂ ਜਾਨ ਬਚਾਉਣੀ ਹੈ, ਬੈਕ ਟੂ ਨਾਰਮਲ ਅਸੀਂ ਲੈ ਕੇ ਆਉਣੀ ਹੈ ਆਪਣੀ ਕਮਿਊਨਿਟੀ ਵਾਸਤੇ, ਆਪਣੇ ਲੋਕਾਂ ਵਾਸਤੇ ਜੋ ਇੱਥੇ ਹਾਲਾਤ ਇਸ ਟਾਈਮ ਖਰਾਬ ਨੇ। ਇਸ ਟਾਈਮ ਮੈਂ ਬਾਰ ਬਾਰ ਰਿਕੁਐਸਟ ਕਰ ਰਿਹਾ
ਕਿ ਅਗਰ ਤੁਸੀਂ ਫੰਡਿੰਗ ਕੋਈ ਡੋਨੇਸ਼ਨ ਦੇਣਾ ਚਾਹੁੰਦੇ ਹੋ ਪੰਜਾਬੀ ਚੈਂਬਰ ਡੋਟ ਕਾਮ ਤੇ ਜਾ ਕੇ ਜਾਂ ਉਹਨਾਂ ਉੱਥੇ ਗੋ ਉੱਥੇ ਲਿੰਕ ਤੋਂ ਡੋਨੇਸ਼ਨ ਦੇ ਸਕਦੇ ਹੋ ਜਾਂ ਤੁਸੀਂ ਉੱਥੋਂ ਐਡਰੈਸ ਲੈ ਕੇ ਚੈੱਕ ਮੇਲ ਕਰ ਸਕਦੇ ਹੋ ਨਿਊਜਰਸੀ ਦਾ ਐਡਰੈਸ ਹੈਗਾ ਵੇ ਤੁਸੀਂ ਅਗਰ ਕੋਈ ਲੋਕਲ ਕੁਈਨਸ ਵਿੱਚ ਹੈਗੇ ਹੋ ਤਾਂ ਤੁਸੀਂ ਚੈੱਕ ਮੇਰੇ ਆਫਿਸ ਡਰੋਪ ਕਰ ਸਕਦੇ ਹੋ ਪੰਜਾਬੀ ਚੈਂਬਰ ਦੇ ਨਾਂ ਦਾ ਬਣਾ ਕੇ ਜਾਂ ਤੁਸੀਂ ਚੈੱਕ ਮੈਨੂੰ ਮੇਲ ਕਰ ਸਕਦੇ ਹੋ ਅਗਰ ਮੇਰੇ ਆਫਿਸ ਦੇ ਨੀਅਰੈਸਟ ਹੈਗੇ ਹੋ ਤੇ ਐਨੀ ਵੇ ਪੋਸੀਬਲ ਅਗਰ ਤੁਸੀਂ ਜੋ ਵੀ ਹੈਲਪ ਕਰ ਸਕਦੇ ਹੋ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਅਪੀਲ ਕਰੋ ਕਿ ਜਿਹੜੀ ਅਸੀਂ ਅੱਗੇ ਜਾ ਕੇ ਇਸ ਅਪੀਲ ਨੂੰ ਅਸੀਂ ਫੰਡਿੰਗ ਨੂੰ ਅਸੀਂ ਜਾ ਕੇ ਹੈਲਪ ਕਰ ਸਕੀਏ ਅਸੀਂ ਆਪਣਾ ਪੂਰਾ ਐਫਰਟ ਲਗਾ ਰਹੇ ਹਾਂ ਤੁਹਾਡੇ ਵੀ ਸਾਨੂੰ ਹੈਲਪ ਚਾਹੀਦੀ ਹੈਗੀ ਬਿਲਕੁਲ ਇੱਥੇ ਸਵਾਲ ਇੱਕ ਜ਼ਰੂਰ ਬਣਦਾ ਕਿ ਕਈ ਸਾਰੀਆਂ ਹੋਰ ਵੀ ਆਰਗੇਨਾਈਜੇਸ਼ਨ ਨੇ ਸਾਡੇ ਭਰਾਵਾਂ ਦਾ ਇਹ ਮੰਨਣਾ ਕਿ ਅਸੀਂ ਡੋਨੇਸ਼ਨ ਤਾਂ ਦੇ ਦਿੰਦੇ ਹਾਂ ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਇਹ ਡੋਨੇਸ਼ਨ ਜਿਹੜੀ ਹੈ ਸਹੀ ਥਾਂ ਤੇ ਲੱਗੇਗੀ ਵੀ ਨਹੀਂ ਲੱਗੇਗੀ ਜਾਂ ਫਿਰ ਸਾਡੀ ਇਹ ਡੋਨੇਸ਼ਨ ਵੇਸਟ ਤਾਂ ਨਹੀਂ ਗਈ ਪੰਜਾਬੀ ਚੈਂਬਰ ਆਫ ਕਾਮਰਸ ਇਸ ਗੱਲ ਦਾ ਕਿਵੇਂ ਧਿਆਨ ਰੱਖਦਾ ਗੈਰੀ ਜੀ ਦੇਖੋ ਜੀ ਅਸੀਂ ਟੂ ਬੀ ਆਨੈਸਟ ਅਸੀਂ ਪਹਿਲਾਂ ਬਹੁਤ ਰੀਸਰਚ ਕਰਦੇ ਹਾਂ ਦੇ ਅਸੀਂ ਦੇ ਗਰੁੱਪ ਨੂੰ ਅਸੀਂ ਐਮ ਓ ਯੂ ਪਹਿਲਾਂ ਲੈਂਦੇ ਹਾਂ ਅਤੇ ਕੋਈ ਹੋਰ ਕੋਈ ਪੈਸਾ ਮੰਗਦਾ ਸਾਡੇ ਤੋਂ ਅਸੀਂ ਕਿਹਾ ਤੁਸੀਂ ਦੱਸੋ ਤੁਸੀਂ ਕਰਨਾ ਕੀ ਹੈ ਪਹਿਲੀ ਗੱਲ ਹੈ ਫਿਰ ਤੁਹਾਨੂੰ ਦਿਖਾਉਣਾ ਪੈਣਾ ਤੁਸੀਂ ਕੀਤਾ ਫਿਰ ਤੁਹਾਨੂੰ ਰਿਸੀਟਾਂ ਵੀ ਦੇਣੀ ਪੈਣੀ ਹੈ ਸਭ ਕੁਝ ਦਿਖਾਉਣਾ ਪੈਣਾ ਰਾਈਟ ਬਟ ਟਿਪਿਕਲੀ ਯਾਰ ਅਸੀਂ ਹੁਣ ਪੈਸਾ ਬਹੁਤ ਘੱਟ ਭੇਜਦੇ ਹਾਂ ਅਸੀਂ ਮਾਲ ਖਰੀਦਦੇ ਹਾਂ ਫਿਰ ਅਸੀਂ ਭੇਜਦੇ ਹਾਂ ਫਿਰ ਅਸੀਂ ਦੇਖਦੇ ਹਾਂ ਕਿੱਥੇ ਡਿਪਲੋਏ ਹੋਣਾ ਬਿਕੋਜ਼ ਆਹ ਜਿਹੜੀ ਚੀਜ਼ਾਂ ਬਹੁਤ ਮਹਿੰਗੀਆਂ ਵੀਰ ਜੀ ਸੋ ਇਹ ਜਿਹੜੀ ਅਸੀਂ ਮਸ਼ੀਨ ਜਿਹੜੇ ਲੈਣਾ ਚਾਹੁੰਦੇ ਹਾਂ ਇਹ 48 ਕੇਜੀ ਦੀ ਮਸ਼ੀਨ ਹੈਗੀ ਹੈ ਬਹੁਤ ਵੱਡੀ ਮਸ਼ੀਨ ਹੈ ਇਹ 10 ਲੀਟਰ ਦੀ ਹੈਗੀ ਹੈ ਇਹ ਦੋ ਲੋਕਾਂ ਨੂੰ ਸਰਵ ਸੇਮ ਟਾਈਮ ਕਰਦੀ ਹੈ ਰਾਈਟ ਸੋ ਇੱਕੋ ਦਾ ਮੂਵ ਵੀ ਨਹੀਂ ਹੁੰਦੀ ਅਸੀਂ ਨਾ ਬਲੈਕ ਮਾਰਕੀਟ ਨੂੰ ਫੀਡ ਨਹੀਂ ਕਰਨਾ ਚਾਹੁੰਦੇ ਆਹ ਵੀ ਸਿਆਪਾ ਹੈਗਾ ਅਤੇ ਤੁਸੀਂ ਛੋਟੀ ਜਿਹੀ ਮਸ਼ੀਨਾਂ ਭੇਜ ਦਿਉ ਨਾ ਕਿਉਂਕਿ ਉਹ ਬਲੈਕ ਮਾਰਕੀਟ 'ਚ ਵੀ ਵਿਕ ਦੇਣੀ ਹੈ ਇੱਕਦਮ ਮੂਵ ਹੋ ਜਾਂਦੀ ਹੈ ਆਹ ਮਸ਼ੀਨ ਇੰਨੀ ਜਲਦੀ ਮੂਵ ਨਹੀਂ ਹੋਣੀ ਹੈ ਗਿੰਨੇ ਦੀ ਪੈਂਦੀ ਹੈ ਗੁਰਪ੍ਰੀਤ ਜੀ ਵੀਰ ਜੀ ਡਿਪੈਂਡ ਕਰਦਾ ਹੈ ਹੁਣ 5 ਲੀਟਰ ਲੋਕ 5 ਲੀਟਰ ਭੇਜਦੇ ਹੈ ਹੁਣ ਮੈਂ ਤੁਹਾਨੂੰ ਦੱਸਦਾ ਪਿਆ ਕਿ 5 ਲੀਟਰ ਕੰਮ ਨਹੀਂ ਕਰਦੀ ਕੋਵਿਡ ਲਈ ਲੋਕ ਭੇਜੀ ਜਾਂਦੇ ਹੈ ਕਿ ਉਹ ਸਸਤੀ ਹੈਗੀ ਹੈ ਹੁਣ ਹੁਣ ਅਮਰੀਕਾ 'ਚ 5 ਲੀਟਰ ਦੀ ਮਸ਼ੀਨ ਕਹਿ ਦਿਓ ਵਿਕਦੀ ਪਈ ਹੈ 600-700 ਹੋਲਸੇਲ 'ਚ ਹੁਣ ਤੁਸੀਂ ਕਹਿ ਦਿਓ $150-$200 ਸ਼ਿਪਿੰਗ ਵੀ ਪਾ ਦਿਓ ਏਅਰ ਸ਼ਿਪਮੈਂਟ ਜੀ ਰਾਈਟ ਸੋ $900 ਪੈ ਗਿਆ ਤੁਹਾਡਾ ਇੱਕ ਮਸ਼ੀਨ ਦਾ ਜਿਹੜੀ ਚਾਈਨਾ 'ਚ ਨਾ ਭਾਜੀ 250 ਦੀ ਵਿਕਦੀ ਪਈ ਸੀ ਹੁਣ ਦੇਖ ਲਓ ਕਿੰਨਾ ਮਾਰਕਅਪ ਹੋ ਗਿਆ ਜੀ ਰਾਈਟ ਹੁਣ ਜਿਹੜੀ ਸਾਡੀ ਨੈਕਸਟ ਸ਼ਿਪਮੈਂਟ ਹੈ ਅਸੀਂ ਤਾਂ ਚਾਈਨਾ ਤੋਂ ਡਾਇਰੈਕਟ ਕਰਦੇ ਪਏ ਹਾਂ ਅਸੀਂ ਕਹਿੰਦੇ ਯਾਰ ਆਪਾਂ ਕਿੱਦਾਂ ਕਰੀਏ ਕਿ ਉਹ ਜਿਹੜੀ ਮਸ਼ੀਨਾਂ ਵੀ ਹੈ ਉਹ 24 ਘੰਟੇ ਲਗਾਤਾਰ ਨਹੀਂ ਚੱਲ ਸਕਦੀਆਂ ਉਹ ਛੋਟੀ ਜਿਹੀ ਮਸ਼ੀਨ ਹੈ ਜੀ ਰਾਈਟ ਸੋ ਹੁਣ ਸਿਆਪਾ ਕੀ ਹੈਗਾ ਕਿ ਆਪਾਂ ਕਿਹੜੇ ਤਰੀਕੇ ਨਾਲ ਆਪਾਂ ਕਰੀਏ ਫਿਰ ਅਸੀਂ ਬਹੁਤ ਲੋਕਾਂ ਨਾਲ ਕੰਸਲਟ ਕਰਦੇ ਪਏ ਹਾਂ ਜੀ ਜਿੱਦਾਂ ਅਸੀਂ ਦੇਖਿਆ ਕਿ ਆਪਾਂ ਗਵਰਨਮੈਂਟ ਹਸਪਤਾਲਾਂ 'ਚ ਜਿਹੜੇ ਫਰੀ ਹਸਪਤਾਲ ਹੈ ਗੁਰਦੁਆਰੇ ਸਾਹਿਬ 'ਚ ਕਰਦੇ ਪਏ ਹੈ ਰਾਈਟ ਲੰਗਰ ਹਾਲਾਂ 'ਚ ਉਹਨਾਂ ਨੇ ਬੈੱਡ ਪਾਏ ਹੋਏ ਹੈ ਉਹ ਬੈਸਟ ਹੈਗੇ ਹੈ ਬਿਕੋਜ਼ ਉਹ ਫਰੀ ਸਰਵਿਸ ਕਰਦੇ ਹੈ ਅਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਨਹੀਂ ਦੇਣਾ ਚਾਹੁੰਦੇ ਅਸਲੀ ਗੱਲ ਠੀਕ ਹੈ ਹਰਮਨ ਸਿੰਘ ਜੀ ਕੀ ਐਡ ਕਰਨਾ ਚਾਹੋਗੇ ਇਹਦੇ ਵਿੱਚ ਦੇਖੋ ਜੀ ਇਸ ਟਾਈਮ ਐਡ ਤੇ ਆਵੇ ਕਿ ਅਸੀਂ ਸਭ ਨੇ ਮਿਲ ਕੇ ਰਾਏ ਸਾਡਾ ਜੁਆਇੰਟ ਐਫਰਟ ਜੋ ਮੈਂ ਪਹਿਲੇ ਬੋਲਿਆ ਸੀਗਾ ਕਿ ਅਸੀਂ ਜੋ ਵੀ ਕਰ ਸਕੀਏ ਕਰੋ ਅਗਰ ਮਿਲ ਕੇ ਕੋਈ ਅਸੀਂ ਕੋਈ ਤੁਸੀਂ ਲੋਕਲ ਹੈਗੇ ਹੋ ਕੋਈ ਤੁਸੀਂ ਮੀਟਿੰਗ ਕਰਨਾ ਚਾਹੁੰਦੇ ਹੋ ਕਿ ਸਾਨੂੰ ਮਿਲਣਾ ਚਾਹੁੰਦੇ ਹੋ ਪੰਜਾਬੀ ਚੈਂਬਰ ਨਾਲ ਮਿਲ ਕੇ ਐਸੋਸੀਏਸ਼ਨ ਸਾਡਾ ਬਣਾ ਕੇ ਕੁਛ ਕਰਨਾ ਚਾਹੁੰਦੇ ਹੋ ਅਸੀਂ ਓਪਨ ਹੈਗੇ ਹਾਂ ਇਸ ਵਾਸਤੇ ਤੁਹਾਡੇ ਕੋਲ ਟਾਈਮ ਹੀ ਟਾਈਮ ਹੈਗਾ ਵੇ ਤੁਸੀਂ ਜਦੋਂ ਵੀ ਕਾਲ ਕਰੋ ਅਤੇ ਇੱਕ ਐਫਰਟ ਨੂੰ ਇਹਨੂੰ ਥੋੜ੍ਹਾ ਜਿਹਾ ਨੂੰ ਕਰੋ ਆਪਣਾ ਆਈ ਨੋ ਹਰ ਬੰਦਾ ਹੈਲਪ ਕਰ ਰਿਹਾ ਮਗਰ ਹੈਲਪ ਜਿਹੜੀ ਪਹੁੰਚਦੀ ਜਿਵੇਂ ਗੈਰੀ ਜੀ ਨੇ ਕਿਹਾ ਕਿ ਹੈਲਪ ਜਿਹੜੀ ਪ੍ਰੋਪਰ ਚੈਨਲ 'ਤੇ ਪਹੁੰਚਦੀ ਨਹੀਂ ਹੈ ਉਹ ਇੱਕ ਬੜਾ ਵੱਡਾ ਕੰਸਰਨ ਹੈਗਾ ਵੇ ਅਤੇ ਇਸ ਧਿਆਨ ਜ਼ਰੂਰ ਰੱਖੋ ਕਿ ਤੁਸੀਂ ਜੋ ਡੋਨੇਸ਼ਨ ਭੇਜ ਰਹੇ ਹੋ ਜੋ ਜਾ ਰਹੀ ਹੈ ਉਹ ਪ੍ਰੋਪਰ ਜਗ੍ਹਾ 'ਤੇ ਜਾ ਰਹੀ ਹੈ ਕਿਉਂਕਿ ਐਵੇਂ ਭੇਜ ਕੇ ਜਿਵੇਂ ਉੱਥੇ ਕਈ ਬਲੈਕ ਮਾਰਕੀਟ ਚੀਜ਼ਾਂ ਵਿਕਦੀਆਂ ਨੇ ਜਾਂ ਗਲਤ ਕੰਮ ਆਉਂਦੇ ਨੇ ਗਲਤ ਆਉਂਦੇ ਉਹਨੂੰ ਥੋੜ੍ਹਾ ਅਵੋਇਡ ਕਰੋ ਕਿ ਤੁਹਾਡਾ ਪੈਸਾ ਡੋਨੇਸ਼ਨ ਜਿਹੜੀ ਦਿੱਤੀ ਉਹ ਸਹੀ ਜਗ੍ਹਾ 'ਤੇ ਪਹੁੰਚੇ ਅਤੇ ਉਹ ਯੂਜ਼ ਹੋਵੇ ਪੈਸਾ ਭੇਜਿਆ ਯੂਜ਼ ਨਹੀਂ ਹੋਇਆ ਤਾਂ ਉਹਦਾ ਕੋਈ ਤੁਸੀਂ ਤਾਂ ਭੇਜਤਾ ਮਗਰ ਉਹ ਕਿਸੇ ਕੰਮ ਨਹੀਂ ਆਇਆ ਅਤੇ ਇਸ ਕਰਕੇ ਪੈਸੇ ਨੂੰ ਪ੍ਰੋਪਰ ਚੈਨਲ ਨਾਲ ਭੇਜੋ ਡੋਨੇਸ਼ਨ ਨੂੰ ਦੇਖੋ ਮੇਕ ਸ਼ੋਰ ਪ੍ਰੋਪਰ ਚੈਨਲ ਜਾ ਰਹੀ ਹੈ ਸਾਡਾ ਚੈਨਲ ਜੋ ਹੈ ਪੰਜਾਬੀ ਚੈਂਬਰ ਦਾ ਇਹ ਇੱਕ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਸਾਡੇ ਬਾਰੇ ਚੈੱਕ ਕਰ ਸਕਦੇ ਹੋ ਕਿ ਇੱਕ ਨੋਨ ਐਸੋਸੀਏਸ਼ਨ ਹੈ ਬੜੀ ਵੱਡੀ ਐਸੋਸੀਏਸ਼ਨ ਹੈ ਵਰਲਡ ਵਾਈਡ ਹੈਗੀ ਹੈ ਅਤੇ ਅਸੀਂ ਅਗਰ ਕੋਈ ਵੀ ਪੈਸਾ ਲਵਾਂਗੇ ਸਾਡੇ ਕੋਲ ਅਕਾਊਂਟੇਬਿਲਿਟੀ ਹੈ ਅਸੀਂ ਤੁਹਾਨੂੰ ਪੂਰਾ ਉਹਦਾ ਡਿਟੇਲ ਵੀ ਦੇ ਸਕਦੇ ਹਾਂ ਕਿ ਅਸੀਂ ਪੈਸੇ ਕਿੱਥੇ ਲਗਾਏ ਕਿੱਥੇ ਗਏ ਅਤੇ ਇਸ ਕਰਕੇ ਜੋ ਵੀ ਡੋਨੇਸ਼ਨ ਕਰੋ ਪ੍ਰੋਪਰ ਵੇ ਨੂੰ ਕਰੋ ਪ੍ਰੋਪਰ ਐਸੋਸੀਏਸ਼ਨ ਨੂੰ ਕਰੋ ਸਾਡੀ ਐਸੋਸੀਏਸ਼ਨ ਨੂੰ ਕਰੋ ਅਤੇ ਅਸੀਂ ਉਹਨੂੰ ਪ੍ਰੋਪਰਲੀ ਅੱਗੇ ਲੋਕਾਂ ਦੀ ਹੈਲਪ ਕਰ ਸਕੀਏ ਗੁਰਪ੍ਰੀਤ ਜੀ ਪੰਜਾਬੀ ਚੈਂਬਰ ਦੇ ਜਿਹੜੇ ਚੈਪਟਰਸ ਨੇ ਉਹ ਕਿੱਥੇ ਕਿੱਥੇ ਨੇ ਯੂਐਸਏ ਦੇ ਵਿੱਚ ਯੂਐਸਏ ਦੇ ਵਿੱਚ ਨਿਊਯਾਰਕ ਨਿਊਜਰਸੀ ਫਿਲਾਡੈਲਫੀਆ ਵਾਸ਼ਿੰਗਟਨ ਡੀਸੀ ਸੈਨ ਫਰਾਂਸਿਸਕੋ ਆਫ ਕੋਰਸ ਟੋਰਾਂਟੋ ਵੈਨਕੂਵਰ ਰਾਈਟ ਆ ਨਾਰਥ ਅਮਰੀਕਾ 'ਚ ਹੈਗੇ ਹੈ
ਦੈਨ ਦੇ ਤੁਸੀਂ ਆਪਾਂ ਹੋਰ ਜਗ੍ਹਾ ਜਾਈਏ, ਲੰਡਨ ਆਫ ਕੋਰਸ, ਸਿਡਨੀ ਆਸਟ੍ਰੇਲੀਆ, ਰਾਈਟ, ਐਂਡ ਦੈਨ ਇਨ ਇੰਡੀਆ ਯੂ ਨੋ ਦਿੱਲੀ, ਲੁਧਿਆਣਾ, ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਮੁੰਬਈ. ਸੋ ਬਥੇਰੇ ਹੈਗੇ ਹੁਣ. ਮਿਡਲ ਈਸਟ ਵੀ ਅਸੀਂ ਚੈਪਟਰ ਖੋਲ੍ਹਿਆ ਹੁਣ. ਜੀ ਗੁਰਪ੍ਰੀਤ ਜੀ, ਕਿਉਂਕਿ ਇੱਥੇ ਹਰਮਨ ਜੀ ਨੇ ਗੱਲ ਕਹੀ ਕਿ ਪੂਰੀ ਅਕਾਊਂਟੇਬਿਲਿਟੀ ਹੈ ਤੁਹਾਡੀ ਪੰਜਾਬੀ ਚੈਂਬਰ ਦੀ, ਮੈਂ ਜ਼ਰੂਰ ਜਾਣਨਾ ਚਾਹਾਂਗਾ ਪੰਜਾਬੀ ਚੈਂਬਰ ਨੂੰ ਕਿਉਂ ਲਿਆਉਣਾ ਪਿਆ ਐਂਡ ਪੰਜਾਬੀ ਚੈਂਬਰ ਕਿਸ ਤਰੀਕੇ ਨਾਲ ਕਮਿਊਨਿਟੀ ਨੂੰ ਬਿਲਡ ਕਰੇਗਾ ਜਾਂ ਫਿਰ ਐਮਪਾਵਰ ਕਰੇਗਾ. ਦੇਖੋ ਜੀ, ਦੇ ਕਮਿਊਨਿਟੀ ਨੂੰ ਐਮਪਾਵਰ ਦੀ ਗੱਲ ਹੁੰਦੀ ਹੈ ਤੇ ਅਸੀਂ ਆਪਸ 'ਚ ਗੱਲ ਹੀ ਨਹੀਂ ਕਰਦੇ ਪਹਿਲਾਂ, ਰਾਈਟ. ਇਸ ਪਹਿਲਾਂ ਆਪਾਂ ਯੂਨਾਈਟ ਹੋਈਏ. ਸਾਰੇ ਜਿਹੜੇ ਲੋਕ ਹੈ ਨਾ ਚਾਹੁੰਦੇ ਆ ਕਿ ਅਸੀਂ ਨਾ ਹੋਈਏ ਇਕੱਠੇ. ਮੈਂ ਝੂਠ ਨਹੀਂ ਬੋਲਦਾ, ਇਸ ਗੱਲ ਦਾ ਮੈਨੂੰ ਦੁੱਖ ਹੈਗਾ ਕਈ ਵਾਰੀ. ਸੋ ਦੇ ਆਪਾਂ ਇਕੱਠੇ ਕੁਛ ਕਰੀਏ, ਫਿਰ ਆਪਾਂ ਅੱਗੇ ਵੀ ਨਾ ਸਵਾਦ ਨਾਲ ਕਹਿ ਦਿਓ, ਰਾਈਟ, ਫਿਰ ਮਜ਼ੇ ਨਾਲ ਫਿਰ ਆਪਾਂ ਬੈਠਾਂਗੇ ਸਾਰੇ ਜੀ, ਖੜ੍ਹੇ ਹੋਵਾਂਗੇ. ਸੋ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਅੱਖਾਂ ਖੋਲੋ, ਅੰਨੇ ਨਾ ਹੋ. ਆਹ ਜਿਹੜਾ ਸਾਡਾ ਹੰਕਾਰ ਹੈ, ਅਸੀਂ ਇਸ ਕੰਮਾਂ 'ਚ ਬਹੁਤ ਗਲਤ ਕੰਮ 'ਚ ਪਏ ਹੋਏ ਹਾਂ ਕਈ ਕਈ ਪੰਜਾਬੀ. ਸੋ ਅਸੀਂ ਕਹਿੰਦੇ ਹਾਂ, ਲੈਟ ਗੋ ਆਫ ਯੂਅਰ ਈਗੋ, ਲੈਟਸ ਵਰਕ ਟੂਗੈਦਰ, ਰਾਈਟ, ਲੈਟਸ ਡੂ ਥਿੰਗਸ ਫੋਰ ਦਾ ਕਮਿਊਨਿਟੀ, ਸਪੈਸ਼ਲੀ ਜਿਹੜੇ ਸਾਡੇ ਨੈਕਸਟ ਜਨਰੇਸ਼ਨ ਹੈ, ਰਾਈਟ. ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਅਸੀਂ ਪੰਜਾਬੀ ਹਾਂ, ਅਸੀਂ ਕਿਹੜੀ ਚੀਜ਼ ਦੇ ਬਣੇ ਹੋਏ ਹਾਂ ਜੀ, ਰਾਈਟ. ਐਂਡ ਸੋ ਦਿਸ ਇਜ਼ ਦਾ ਸਟਾਰਟਿੰਗ ਪੁਆਇੰਟ. ਦੈਨ ਵੀ ਕੈਨ ਆਫ ਕੋਰਸ ਰੇਜ਼ ਕੈਪੀਟਲ ਟੂਗੈਦਰ. ਵੀ ਹੈਵ ਸੋ ਮੈਨੀ ਪ੍ਰੋਫੈਸ਼ਨਲਸ, ਵੀ ਹੈਵ ਸੋ ਮੈਨੀ ਸਰਵਿਸ ਪ੍ਰੋਵਾਈਡਰਸ. ਅਸੀਂ ਤੁਸੀਂ ਕਰੋ ਬਿਜ਼ਨਸ ਆਪਣੇ ਬੰਦਿਆਂ ਨਾਲ, ਆਪਣੀ ਕਮਿਊਨਿਟੀ ਦੇ ਨਾਲ. ਬਿਲਕੁਲ, ਰਾਈਟ. ਪੰਜਾਬੀਚੈਂਬਰ.com ਦੇ ਉੱਤੇ ਤੁਸੀਂ ਲੌਗਇਨ ਕਰਕੇ ਇੰਡੀਆ ਦੀ ਜਿਹੜੀ ਕੋਵਿਡ ਸਿਚੁਏਸ਼ਨ ਹੈ ਤੁਸੀਂ ਡੋਨੇਟ ਕਰ ਸਕਦੇ ਹੋ. ਤੁਸੀਂ 5164417000 ਹਰਮਨ ਸਿੰਘ ਜੀ ਹੋਰਾਂ ਨਾਲ ਰਾਬਤਾ ਕਰਕੇ ਪੰਜਾਬੀਚੈਂਬਰ.com ਦਾ ਹਿੱਸਾ ਵੀ ਬਣ ਸਕਦੇ ਹੋ. ਗੁਰਪ੍ਰੀਤ ਪਸਰੀਚਾ ਜੀ ਜਿਹੜੇ ਨੇ ਨਿਊ ਜਰਸੀ ਵਿਖੇ ਤੁਹਾਨੂੰ ਹਮੇਸ਼ਾ ਮਿਲਣਗੇ ਜਾਂ ਤੁਸੀਂ ਕਦੀ ਨਿਊ ਜਰਸੀ ਤੁਹਾਨੂੰ ਜਾਣ ਦਾ ਮੌਕਾ ਮਿਲੇ. ਹੁਣ ਸਾਡੇ ਕੋਲ ਇਹਨਾਂ ਦਾ ਇੱਕ ਆਫਿਸ ਲੌਂਗ ਆਈਲੈਂਡ ਵਿਖੇ ਵੀ ਆ ਚੁੱਕਿਆ. ਹੀ ਇਜ਼ ਅਟਰਨੀ ਬਾਈ ਪ੍ਰੋਫੈਸ਼ਨ ਐਂਡ ਔਨ ਟੋਪ ਆਫ ਦੈਟ ਜਦ ਇਹਨਾਂ ਦੀ ਗੱਲ ਹੁੰਦੀ ਹੈ ਤਾਂ ਇਹਨਾਂ ਦਾ ਇੱਕ ਹੀ ਕੰਮ ਹੈ ਕਿ ਪੰਜਾਬੀਆਂ ਨੂੰ ਅਸੀਂ ਐਮਪਾਵਰ ਕਰੀਏ. ਕਿਸੇ ਨੂੰ ਜੋਬ ਚਾਹੀਦੀ ਹੈ, ਕਿਸੇ ਨੇ ਜੋਬ 'ਚ ਕਿਸੇ ਨੂੰ ਰੱਖਣਾ, ਜਾਂ ਫਿਰ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਵੈਨ ਇਟ ਕਮਸ ਟੂ ਪੰਜਾਬੀਜ਼ ਲਿਵਿੰਗ ਹੇਅਰ ਇਨ ਯੂਨਾਈਟਡ ਸਟੇਟਸ ਆਫ ਅਮੈਰੀਕਾ, ਔਰ ਦੇ ਰੀਅਲੀ ਵਾਂਟ ਟੂ ਐਮਪਾਵਰ ਪੰਜਾਬੀਜ਼ ਲਿਵਿੰਗ ਬੈਕ ਦੇਅਰ ਇਨ ਆਰ ਮਦਰਲੈਂਡ. ਉਹਨਾਂ ਦਾ ਇਹੀ ਮਕਸਦ ਹੈ ਕਿ ਦੋਵੇਂ ਕੰਮ ਜਿਹੜੇ ਨੇ ਉਹ ਹੋ ਸਕਣ. ਜਿੱਥੇ ਅਸੀਂ ਰਹਿੰਦੇ ਹਾਂ ਕਰਮ ਭੂਮੀ ਦੇ ਵਿੱਚ, ਉਹਨੂੰ ਵੀ ਐਮਪਾਵਰ ਕਰ ਸਕੀਏ, ਔਰ ਸਾਡੀ ਜਿਹੜੀ ਜਿਹੜੀ ਸਾਡੀ ਮਦਰਲੈਂਡ ਹੈ ਉਹਨੂੰ ਵੀ ਐਮਪਾਵਰ ਕਰ ਸਕੀਏ. ਤੇ ਹੁਣ ਮਦਰਲੈਂਡ ਨੂੰ ਐਮਪਾਵਰ ਕਰਨ ਦੇ ਲਈ ਹਰਮਨ ਸਿੰਘ ਜੀ ਅਤੇ ਗੁਰਪ੍ਰੀਤ ਪਸਰੀਚਾ ਜੀ ਅਪੀਲ ਕਰ ਰਹੇ ਨੇ ਵਾਇਆ ਪੰਜਾਬੀਚੈਂਬਰ.com ਕਿ ਪਲੀਜ਼ ਸਪੋਰਟ ਦਿਸ ਕੌਜ਼ ਐਂਡ ਪਲੀਜ਼ ਕਮ ਟੂਗੈਦਰ ਸੋ ਦੈਟ ਵੀ ਆਲ ਕੈਨ ਫਾਈਟ ਟੂਗੈਦਰ ਵਿਦ ਦਿਸ ਸਿਚੁਏਸ਼ਨ ਰਾਈਟ ਨਾਓ ਇਨ ਇੰਡੀਆ, ਰਾਈਟ ਨਾਓ ਇਨ ਨਿਊ ਦਿੱਲੀ, ਰਾਈਟ ਨਾਓ ਇਨ ਪੰਜਾਬ, ਸੋ ਦੈਟ ਵੀ ਕੈਨ ਬਿਲਡ ਅ ਗੁੱਡ ਇੰਡੀਆ. Once again, we can build a good United States of America once again, and we can try and we can donate and we can send the oxygen concentrator there jithe ja ke lokan nu madad ho sake. Harman ji, jande jande ki kehna chahoge? Jande jande meri sare nu request hai ji once again ki ek bada okha time hai, assi sare ne mil jul ke sokhe time mukadna hove. Utthe public badi pareshan hai, unhan nu te samajh nahi aa rahi ki oh ki karan. Kafi main gal karda apne ਰਿਸ਼ਤੇਦਾਰਾਂ ਨਾਲ ਤੇ ਆਪਣੇ ਦੋਸਤਾਂ ਨਾਲ, ਤੇ ਉਹਨਾਂ ਨੂੰ ਬਿਲਕੁਲ ਉਹਨਾਂ ਦਾ ਬ੍ਰੇਨ ਜਿਹੜਾ ਦਿਮਾਗ ਜਿਹੜਾ ਬਿਲਕੁਲ ਬਲੈਂਕ ਹੋਇਆ ਹੋਇਆ, ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਕਰੀਏ. ਇੱਕ ਫੈਮਿਲੀ ਮੈਂਬਰ ਬਿਮਾਰ ਹੈ, ਦੂਜਾ ਸਿਲੰਡਰ ਲੈਣ ਜਾ ਰਿਹਾ, ਸਿਲੰਡਰ ਨਹੀਂ ਮਿਲ ਰਿਹਾ, ਉਦੋਂ ਆਕਸੀਜਨ ਘੱਟ ਹੋ ਰਹੀ ਹੈ, ਹੋਸਪਿਟਲਾਂ 'ਚ ਡਾਕਟਰ ਵੀ ਇਸ ਟਾਈਮ ਥੱਕ ਪਏ ਨੇ, ਬਿਲਕੁਲ ਆਪਣੇ ਫੈਡ ਅਪ ਹੋ ਚੁੱਕੇ ਨੇ, ਸਟਾਫ ਹੋਸਪਿਟਲਾਂ ਥੱਕ ਚੁੱਕਾ, ਅਤੇ ਬਹੁਤ ਜ਼ਿਆਦਾ ਸਿਚੁਏਸ਼ਨ ਬੜੀ ਟੈਂਸ ਚੱਲ ਰਹੀ ਹੈ. ਜਿੰਨੀ ਕੁ ਅਸੀਂ ਉਹਨਾਂ ਇੱਥੇ ਬੈਠ ਕੇ ਹੱਲ ਕਰ ਸਕਦੇ ਹਾਂ, ਅਸੀਂ ਫੋਨ 'ਤੇ ਗੱਲ ਕਰਦੇ ਗੱਲ ਨਹੀਂ ਹੁੰਦੀ ਕਿਉਂਕਿ ਬੇਚਾਰੇ ਬਹੁਤ ਪਰੇਸ਼ਾਨ ਨੇ, ਕਈ ਵਾਰ ਰੋਣਾ ਉਲਟਾ ਜਾਂਦਾ ਹੈ, ਤੇ ਜੋ ਅਸੀਂ ਹੈਲਪ ਕਰ ਸਕਦੇ ਉਹਨਾਂ ਦੀ ਬੈਠ ਕੇ ਅਸੀਂ ਇਹੀ ਕਰ ਸਕਦੇ ਹਾਂ ਕਿ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਦੇ ਨਾਲ ਉਹਨਾਂ ਦਾ ਦੁੱਖ ਥੋੜ੍ਹਾ ਸ਼ੇਅਰ ਕਰ ਸਕਦੇ ਹਾਂ ਕਿ ਜੋ ਉਹਨਾਂ ਕੋਲ ਨਹੀਂ ਹੋ ਰਿਹਾ, ਤੇ ਇਸ ਕਰਕੇ ਪੰਜਾਬੀ ਚੈਂਬਰ ਦਾ ਸਾਡਾ ਇੱਕ ਐਫਰਟ ਸੀਗਾ, ਅਸੀਂ ਐਫਰਟ ਚਾਹੁੰਦੇ ਤੁਸੀਂ ਪਾਰਟ ਬਣੋ ਕਿ ਇੱਕ ਮਿਲ ਕੇ ਇਸ ਕੌਜ਼ ਨੂੰ ਅਸੀਂ ਥੋੜ੍ਹਾ ਜੋ ਅਸੀਂ ਕਰ ਸਕਦੇ ਜਿੰਨੀ ਸਾਡੀ ਕਪੈਸਿਟੀ ਹੋਏਗੀ ਅਸੀਂ ਕਰ ਸਕੀਏ. ਅੱਜ ਤੁਸੀਂ ਹਰਮਨ ਸਿੰਘ ਜੀ ਵਧਾਈ ਦੇ ਪਾਤਰ ਹੋ, ਤੁਸੀਂ ਇਸ ਸ਼ੋਅ ਦੇ ਵਿੱਚ ਆਪਣੀ ਰੀਅਲ ਸਟੇਟ ਦੀ ਵੀ ਗੱਲ ਕਰ ਸਕਦੇ ਸੀਗੇ, ਤੁਸੀਂ ਮੋਰਗੇਜ ਦੀ ਵੀ ਗੱਲ ਕਰ ਸਕਦੇ ਸੀਗੇ, ਪਰ ਤੁਸੀਂ ਅੱਜ ਪੂਰਾ ਸ਼ੋਅ ਡੈਡੀਕੇਟ ਕੀਤਾ ਉਹਨਾਂ ਕੋਵਿਡ ਦੇ ਵਾਰੀਅਰਸ ਨੂੰ ਜੋ ਕਿ ਇਸ ਟਾਈਮ ਜੰਗ ਲੜ ਰਹੇ ਨੇ ਦਿੱਲੀ ਦੇ ਵਿੱਚ, ਔਰ ਤੁਸੀਂ ਅੱਜ ਬਿਜ਼ਨਸ ਨੂੰ ਪਹਿਲਾਂ ਨਹੀਂ ਸਮਝਿਆ, ਤੁਸੀਂ ਅੱਜ ਕਮਿਊਨਿਟੀ ਨੂੰ ਪਹਿਲਾਂ ਸਮਝਿਆ, ਔਰ ਗੁਰਪ੍ਰੀਤ ਪਸਰੀਜਾ ਜੀ ਨੂੰ ਤੁਸੀਂ ਲੈ ਕੇ ਆਏ ਇਸ ਸ਼ੋਅ ਦੇ ਵਿੱਚ, ਤੁਸੀਂ ਰਾਬਤਾ ਕੀਤਾ. ਗੁਰਪ੍ਰੀਤ ਜੀ, ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ? ਜੀ ਪਹਿਲੀ ਗੱਲ, ਬਹੁਤ ਮਿਹਰਬਾਨੀ ਸਾਡੇ ਭਾਅ ਜੀ ਨੂੰ, ਹਰਮਨ ਭਾਅ ਜੀ ਨੂੰ, ਐਂਡ ਟੂ ਜਸਟ ਪੰਜਾਬੀ, ਕਿ ਤੁਸੀਂ ਲੀਡਰਸ ਹੈਗੇ ਹਾਂ ਦੋਨੇ ਸਾਡੇ ਪੰਜਾਬੀ ਕਮਿਊਨਿਟੀ 'ਚ, ਰਾਈਟ.
सो दिस इज़ द होल पॉइंट दे आपां कट्ठे मिलांगे फिर आपां अगे हो सकते हैं बस मैं तो थानू आई सारे नू कहना राइट जिन्ना तुसी दे सकते हैं साढ़े पंजाबी चेंबर डॉट कॉम ते और एनी अदर ग्रुप राइट तुसी करो राइट एंड तुसी जब हुण तुसी साह लै रहे हैं राइट देखो साढ़े इन्ने हैगे हैं जिहड़े नहीं लै सकते हुण सो जस्ट थिंक अबाउट दैट विद एवरी ब्रेथ यू आर टेकिंग सो डू द बेस्ट यू कैन राइट एंड गॉड ब्लेस एवरीबॉडी एंड स्टे सेफ 516-441-7000 ਤੇ ਕਾਲ ਕਰਕੇ ਤੁਸੀਂ ਹਰਮਨ ਸਿੰਘ ਜੀ ਹੋਰ ਨਾਲ ਰਾਬਤਾ ਕਰ ਸਕਦੇ ਹੋ ਜੇਕਰ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ punjabichamber.com ਦੇ ਉੱਤੇ ਜਾ ਕੇ ਤੁਸੀਂ ਵੈਬਸਾਈਟ ਦੇ ਉੱਤੇ ਡੋਨੇਟ ਕਰ ਸਕਦੇ ਹੋ ਔਰ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਹੋ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਦਵੋ ਇਜਾਜ਼ਤ ਮੈਂ ਸੀਗਾ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਮੇਰੇ ਨਾਲ ਹਰਮਨ ਸਿੰਘ ਅਤੇ ਗੁਰਪ੍ਰੀਤ ਪਸਰੀਚਾ ਧਿਆਨ ਰੱਖੋ ਆਪਣੇ ਆਪ ਦਾ ਵੀ ਆਪਣੇ ਘਰਦਿਆਂ ਦਾ ਵੀ ਔਰ ਪਿੱਛੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਫੋਨ ਕਰਕੇ ਪੁੱਛਦੇ ਰਹੋ ਕਿ ਉਹ ਠੀਕ ਨੇ ਕਿਸੇ ਮਦਦ ਦੀ ਉਹਨਾਂ ਦੀ ਲੋੜ ਹੈ ਜੇਕਰ ਮਦਦ ਦੀ ਲੋੜ ਹੈ ਤਾਂ ਉਹਨਾਂ ਨੂੰ ਕਹਿ ਦਿਓ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਪੰਜਾਬੀ ਚੈਂਬਰ ਆਫ ਕਾਮਰਸ ਡੋਟ ਕਾਮ ਤੁਹਾਡੀ ਮਦਦ ਕਰੇਗਾ ਹਰਮਨ ਸਿੰਘ ਜੀ ਓਮਨੀ ਮੋਡਗੇਜ ਤੁਹਾਡੀ ਮਦਦ ਕਰਨਗੇ ਤੁਸੀਂ ਚਿੰਤਾ ਨਾ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ